ਹਾਂਜੀ ਸਾਰੇ ਹੀ ਸਤਿਕਾਰਯੋਗ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਇਲਤੀਲਾਣਾ ਟੀਵੀ ਦੇ ਉੱਪਰ ਜਿਹੜੇ ਵੀਰ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਵਾਲਾ ਬਟਨ ਤਾਂ ਜ਼ਰੂਰ ਦਬੋ ਇਲਤੀਲਾਣਾ ਟੀਵੀ ਦੇ ਉੱਪਰ ਫਾਰਮਿੰਗ ਸੰਬੰਧੀ ਨਵੀਂ ਤੋਂ ਨਵੀਂ ਅਤੇ ਖੋਜ ਭਰਪੂਰ ਜਾਣਕਾਰੀ ਹੈ ਜਿਹੜੀ ਤੁਹਾਨੂੰ ਉਹ ਮਿਲਦੀ ਰਹਿੰਦੀ ਹੈ ਕਿਸਾਨ ਭਰਾਵੋ ਆਪਾਂ ਗੱਲਬਾਤ ਕਰਦੇ ਹਾਂ ਕਿ ਕੋਈ ਵੀ ਕੰਮ ਆਪਾਂ ਨੇ ਸ਼ੁਰੂ ਕਰਨਾ ਹੋਵੇ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੂੰ ਉਸ ਬਾਰੇ ਪਤਾ ਹੋਣਾ ਜ਼ਰੂਰੀ ਹੈ ਕਿ ਇਸ ਕੰਮ ਨੂੰ ਕਿਵੇਂ ਕਰਨਾ ਕਿਉਂ ਕਰਨਾ ਕਿਸ ਪਰਪਸ ਦੇ ਲਈ ਕਰਨਾਗਾ ਸੋ ਆਪਾਂ ਗੱਲਬਾਤ ਕਰਨ ਦੇ ਲਈ ਅਜੇ ਇੱਥੇ ਪਹੁੰਚੇ ਹਾਂ ਰੰਧਾਵਾ ਗੌਟ ਫਾਰਮ ਪਿੰਡ ਲਾਂਗੋਵਾਲ ਦੇ ਵਿੱਚ ਸਾਡੇ ਪਾਸ ਇਸ ਸਮੇਂ ਮੌਜੂਦ ਨੇ ਵੀਰ ਜਗਦੀਪ ਸਿੰਘ ਵਿਕਰਮਜੀਤ ਸਿੰਘ ਜੀ ਪ੍ਰਧਾਨ ਅਤੇ ਹਰਪ੍ਰੀਤ ਸਿੰਘ ਜੀ ਮੈਂਬਰ ਜੋ ਕਿ ਕਈ ਵੀਰ ਫੋਨ ਕਰ ਰਹੇ ਸੀ ਕਿ ਵੀਰ ਜੀ ਬੱਕਰੀਆਂ ਦੀ ਅਸੀਂ ਹੁਣ ਟ੍ਰੇਨਿੰਗ ਲੈਣੀ ਹੈ ਹੁਣ ਟ੍ਰੇਨਿੰਗ ਹੈ ਜਿਹੜੀ ਉਹ ਕਦੋਂ ਦਿੱਤੀ ਜਾ ਰਹੀ ਹੈ ਜੇ ਤੁਸੀਂ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਲਾਹੇਵੰਦ ਰਹੇਗੀ ਆਪਾਂ ਗੱਲਬਾਤ ਕਰਦੇ ਹਾਂ ਟ੍ਰੇਨਿੰਗ ਸੰਬੰਧੀ ਕਿ ਟ੍ਰੇਨਿੰਗ ਕਿਉਂ ਜ਼ਰੂਰੀ ਹੈ ਲੈਣੀ ਚਾਹੀਦੀ ਹੈ ਜਾਂ ਨਹੀਂ ਬਾਈ ਜੀ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਜਗਦੀਪ ਸਿੰਘ ਜੀ ਸਾਡੇ YouTube ਚੈਨਲ ਦੇ ਉੱਤੇ ਸਤਿ ਸ਼੍ਰੀ ਅਕਾਲ ਵੀਰ ਜੀ ਪੂਰੀ ਲਤੀਲਾਣਾ ਟੀਮ ਦਾ ਤਹਿ ਦਿਲੋਂ ਧੰਨਵਾਦ ਜੋ ਰੰਦਾਵਾ ਗਾਰਡ ਫਾਰਮ ਦੇ ਵਿੱਚ ਪਹੁੰਚੇ ਆ ਬਾਈ ਜੀ ਸਾਨੂੰ ਟ੍ਰੇਨਿੰਗ ਸੰਬੰਧੀ ਦੱਸੋ ਪਹਿਲਾਂ ਤਾਂ ਅਸੀਂ ਇਹ ਵੀ ਦੱਸਣਾ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਵੀ ਜਦੋਂ ਇਹ ਕੰਮ ਸ਼ੁਰੂ ਕੀਤਾ ਸੀ ਆਪ ਵੀ ਟ੍ਰੇਨਿੰਗ ਲਈ ਸੀ ਹਾਂਜੀ ਵੀਰ ਜੀ ਦੇਖੋ ਪਤਾ ਕੀ ਸੀ ਜਦੋਂ ਅੱਜ ਤੋਂ 4 ਸਾਲ ਪਹਿਲਾਂ ਇਹ ਕੰਮ ਸੀ ਜਿਹੜਾ ਉਹਦਾ ਦੌਰ ਸੀ ਜਿਹੜਾ ਬਹੁਤ ਘੱਟ ਸੀਗਾ ਇਸ ਕਰਕੇ ਅਸੀਂ ਮੈਂ ਯੂਨੀਵਰਸਿਟੀ ਪੱਜਿਆ ਬਹੁਤ ਇਧਰ ਉਧਰ ਕਾਫੀ ਸਰਚ ਕੀਤੀ ਇਸ ਕੰਮ ਬ੍ਰਤੀ ਵੀ ਕਿਉਂ ਇਹ ਕੰਮ ਫਾਰਮ ਲੈਂਡ ਤੱਕ ਕਿਉਂ ਨਹੀਂ ਆ ਰਿਹਾ ਵੀ ਕਿੱਥੇ ਕੋਈ ਕਮੀ ਆ ਇਸ ਕਰਕੇ ਫਿਰ ਮੈਂ ਉਦੋਂ ਬਾਅਦ ਜਾਂਚ ਪੜਤਾਲ ਕੀਤੀ ਜੀ ਤਾਂ ਮੈਂ ਫਾਰਮ ਸ਼ੁਰੂ ਕਰ ਲਿਆ ਜਗਾੜ ਲਾ ਕੇ ਤਾਂ ਉਹ ਫਾਰਮ ਮੇਰਾ ਫੇਲ ਹੋ ਗਿਆ ਸੀਗਾ ਹਾਂਜੀ ਹਾਂ ਇਸ ਕਰਕੇ ਉਦੋਂ ਬਾਅਦ ਫਿਰ ਮੈਂ ਯੂਨੀਵਰਸਿਟੀ ਦੇ ਵਿੱਚ ਟ੍ਰੇਨਿੰਗ ਲੈਤੀ ਤਾਂ ਉਸ ਤੋਂ ਬਾਅਦ ਫਿਰ ਆਪਦਾ ਪ੍ਰੈਕਟੀਕਲ ਦਿੱਤਾ ਕਿਉਂਕਿ ਇੱਕ ਜਿਹੜੀ ਕਿਤਾਬੀ ਟ੍ਰੇਨਿੰਗ ਸੀ ਉਹਦੇ ਨਾਲੋਂ ਪ੍ਰੈਕਟੀਕਲ ਨੇ ਮੈਨੂੰ ਬਹੁਤ ਕੰਮ ਕਰਿਆ ਜੀ ਇਹ ਅਸੀਂ ਜੋ ਦੇ ਰਹੇ ਹਾਂ ਇਹ ਕੋਈ ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਕਿਤਾਬੀ ਟ੍ਰੇਨਿੰਗ ਦੇ ਰਹੇ ਹਾਂ ਇਹ ਅਸੀਂ ਉਹ ਦੇ ਰਹੇ ਹਾਂ ਜੋ ਅੱਜ ਦੇ ਨੌਜਵਾਨ ਮੁੰਡੇ ਆ ਪੜ੍ਹੇ ਲਿਖੇ ਆ ਮੈਂ ਹਰ ਇੱਕ ਵੀਡੀਓ ਦੇ ਵਿੱਚ ਇਹੀ ਗੱਲ ਕਹਿਣਾ ਹੁੰਦਾ ਵੀ ਵੀਡੀਓ ਜੋ ਪੈਸਾ ਲਗਾਉਂਦੇ ਆ ਉਹ ਵਾਰ-ਵਾਰ ਨਹੀਂ ਲਗਾ ਸਕਦੇ ਜੋ ਬੱਕਰੀ ਪਾਲਣ ਦਾ ਰੁਝਾਨ ਵਧਿਆ ਬੱਕਰੀ ਅੱਜ 25-30 ਹਜ਼ਾਰ ਦੀ ਰੇਂਜ ਤੱਕ ਨਾਰਮਲ ਮੱਝਾਂ ਗਾਇਆਂ ਦੇ ਨੇੜੇ ਆ ਚੁੱਕੀ ਆ ਤਾਂ ਇਹ ਨਹੀਂ ਆਗਾ ਵੀ ਅੱਜ ਆਪਾ ਉਹ ਬਿਜ਼ਨਸ ਕਰਕੇ ਉਹਨੂੰ ਉੱਥੋਂ ਫੇਲ ਹੋ ਜੋ ਤੇ ਉਹ ਫੇਲ ਹੋ ਕੇ ਆਪਾਂ ਆਪਾਂ ਕਿਸੇ ਪਾਸੇ ਦੇ ਬਿਨਾਂ ਰਹੀਏ। ਠੀਕ ਹੈ ਜੀ। ਕੋਈ ਵੀ ਕੰਮ ਜਦੋਂ ਆਪਾਂ ਸਿੱਖ ਕੇ ਕਰਦੇ ਆ ਤਾਂ ਬਾਈ ਜੀ ਮੈਂ ਗਰੰਟੀ ਦਿੰਦਾ ਜਦੋਂ ਮੈਂ ਬਿਨਾਂ ਸਿੱਖੇ ਕੀਤਾ ਸੀ ਤਾਂ ਮੈਂ ਫੇਲ ਹੋਇਆ ਸੀ। ਜਦੋਂ ਮੈਂ ਸਰਚ ਕਰਕੇ ਠੱਕੇ ਖਾ ਕੇ ਪੂਰੀ ਪੜਤਾਲ ਕਰਕੇ ਕੰਮ ਕੀਤਾ ਤਾਂ ਅੱਜ ਬਾਈ ਜੀ ਪੂਰਾ ਵਧੀਆ ਕੰਮ ਆ ਬੱਕਰੀ ਪਾਲਣ ਦਾ। ਬਿਲਕੁਲ ਜਿਹੜਾ ਹਨੇਰਾ ਸੀ ਅੱਖਾਂ 'ਵਲ ਉਹ ਦੂਰ ਆ। ਠੀਕ ਹੈ ਜੀ। ਠੀਕ ਬਿਲਕੁਲ ਸਾਫ਼ ਸੁਥਰਾ ਕੰਮ ਹੈ ਜੀ। ਕਿਸੀ ਕੋਈ ਇਹ ਤੇ ਸਟ्रेस ਨਹੀਂ। ਕੋਈ ਇਹਤੇ ਵੜਿੰਗ ਵੜਨੀ ਕੋਈ ਇਹਤੇ ਜਾਨੀ ਕਿ ਆਪਾਂ ਨੂੰ ਇਹ ਨਹੀਂ ਹੈਗਾ ਵੀ ਲੱਖਾਂ ਰੁਪਇਆ ਕੋਈ ਜ਼ਿਆਦਾ ਲੱਗਦਾ ਇਹਤੇ ਵਧੀਆ ਥੋੜੇ ਬਜਟ ਨਾਲ ਵੀ ਚੱਲ ਸਕਦਾ ਤੇ ਠੀਕ ਜ਼ਿਆਦਾ ਨਾਲ ਆਪਾਂ ਟ੍ਰੇਨਿੰਗ ਕਦੋਂ ਤੋਂ ਦੇ ਰਹੇ ਆਂ ਬਾਈ ਜੀ ਅਤੇ ਕਿੰਨੇ ਕ ਨੌਜਵਾਨ ਵੀਰ ਜਾਂ ਕਿਸਾਨ ਭਰਾ ਨੇ ਆਪਣੇ ਪਾਸੋਂ ਟ੍ਰੇਨਿੰਗ ਲੈ ਕੇ ਕੰਮ ਸ਼ੁਰੂ ਕਰ ਚੁੱਕੇ ਨੇ ਦੇਖੋ ਵੀਰ ਜੀ ਟ੍ਰੇਨਿੰਗ ਦਾ ਜਿਵੇਂ ਆਪਾਂ ਕਹੇ ਦੀ ਵੀ ਰਿਜ਼ਲਟ ਮਿਲਣਾ ਜਾਂ ਗੱਲ ਕਹਿ ਦੇਣਾ ਉਹਦੇ ਵਿੱਚ ਬਹੁਤ ਅੰਤਰ ਹੁੰਦਾ ਅੱਜ ਅਸੀਂ ਇਹ ਰਿਜ਼ਲਟ ਜੇ ਕੋਈ ਵੀ ਮਤਲਬ ਕਿ ਅਸੀਂ ਕਿਸੇ ਨੂੰ ਵੀ ਰਿਜ਼ਲਟ ਦਿਖਾ ਸਕਦੇ ਆਂ ਅੱਜ ਰੰਧਾਵਾ ਟ੍ਰੇਨਿੰਗ ਦਾ ਨੌਵਾਂਵਾਂ ਬੈਚ ਹੈ ਤੇ ਇਦੋਂ ਪਹਿਲਾਂ 8 ਵਾਹ ਚ ਲੱਗ ਚੁੱਕੇ ਆ ਤੇ ਉਹ ਜਾਨੀ ਕਿ ਫਾਰਮਾਂ ਦੀ ਗਿਣਤੀ ਆ ਸਾਡੇ ਕੋਲ ਵੀ ਅੱਜ ਰੰਧਾਵਾ ਟਰੇਡਿੰਗ ਤੋਂ ਲੈ ਕੇ ਕਿੰਨੇ ਫਾਰਮ ਆ ਜਿਹੜੇ ਉਹ ਚੱਲ ਰਹੇ ਨੇ ਤੇ ਵਧੀਆ ਸਫਲ ਚੱਲ ਰਹੇ ਨੇ ਟਰੇਨਿੰਗ ਦੇ ਵਿੱਚ ਆਪਾਂ ਕਿਹੜੇ ਕਿਹੜੇ ਵਿਸ਼ਿਆਂ ਤੇ ਕਿਸਾਨ ਭਰਾਵਾਂ ਨੂੰ ਜਾਣਕਾਰੀ ਇਹ ਜਿਹੜੀ ਉਹ ਮਹਈਆ ਕਰਵਾਉਂਦੇ ਆ ਟਰੇਨਿੰਗ ਦੇ ਵਿੱਚ ਜੀ ਦੇਖੋ ਬੱਕਰੀ ਪਾਲਣ ਦੇ ਵਿੱਚ ਸਭ ਤੋਂ ਵੱਡਾ ਅਲਜੀਮਾ ਕਿਉਂਕਿ ਜੋ ਨਵੇਂ ਪੜੇ ਲਿਖੇ ਮੁੰਡੇ ਨੇ ਆ ਜੜੀਆਂ ਦੀ ਲਾਈਨ ਹੋਰ ਆ ਫਾਰਮਿੰਗ ਦੀ ਲਾਈਨ ਹੋਰ ਆ ਉਹਦੇ ਵਿੱਚ ਕੀ ਹੁੰਦਾ ਜੀ ਵੀ ਨਵੇਂ ਮੁੰਡਿਆਂ ਨੂੰ ਇਹ ਹੀ ਨਹੀਂ ਪਤਾ ਵੀ ਅਸੀਂ ਬੱਕਰੀ ਪਾਲਣ ਦੇ ਵਿੱਚ ਕਿਹੜੀ ਸਟੇਜ ਤੇ ਕੰਮ ਕਰਨਾ ਪੱਠਾਂ ਤੇ ਕਰਨਾ ਜਾਂ ਬੱਕਰੀਆਂ ਤੇ ਕਰਨਾ ਜਾਂ ਕੱਸੀ ਬੱਕਰੀਆਂ ਤੇ ਕਰਨਾ ਇਸ ਕਰਕੇ ਉਹ ਸਟੇਜ ਦਾ ਕਾਫੀ ਜ਼ਿਆਦਾ ਉਲਝੇਵਾਂ ਉਹਨੂੰ ਕਲੀਅਰ ਕਰਨ ਵਾਸਤੇ ਕਾਫੀ ਸਮਾਂ ਲੱਗਦਾ ਇਸ ਕਰਕੇ ਉਹ ਗੱਲਾਂ ਅਸੀਂ ਸਾਰੀਆਂ ਟ੍ਰੇਨਿੰਗ ਦੇ ਵਿੱਚ ਦੱਸਾਂਗੇ ਮੈਡੀਕਲ ਟ੍ਰੀਟਮੈਂਟ ਕਿੱਦਾਂ ਸ਼ੈੱਡ ਬਣਾਣਾ ਕਿੰਨਾ ਤੁਹਾਡਾ ਬਜਟ ਆ ਕਿਹੜਾ ਬਜਟ ਤੁਸੀਂ ਕਿੱਦਾਂ ਲਗਾਉਣਾ ਠੀਕ ਹੈ ਜੀ ਹਾਂ ਜੀ ਹੁਣ ਟ੍ਰੇਨਿੰਗ ਆਪਾਂ ਕਦੋਂ ਦੇਣ ਜਾ ਰਹੇ ਹਾਂ ਤੇ ਉਹਦੀ ਫੀਸ ਵਗੈਰਾ ਉਹ ਕਿੰਨੀ ਹੋਵੇਗੀ देखो जी 1 ਤੇ 2 ਤਰੀਕ ਜਿਹੜੀ ਅਕਤੂਬਰ ਦੀ ਆ ਉਹ ਫਾਈਨਲ ਹੈ ਜੀ ਤੇ ਪਹਿਲਾਂ ਵੀ ਇਸ 1 ਤੇ 2 ਦੀ ਅਕਤੂਬਰ ਦੀ ਵੀਡੀਓ ਪੈ ਚੁੱਕੀ ਆ ਤੇ 1 ਤੇ 2 ਅਕਤੂਬਰ ਨੂੰ 9 9:30 ਵਜੇ ਸਾਡੇ ਕੋਲ ਜੋ ਫਾਰਮਰ ਨੇ ਆ ਰਹੇ ਨੇ ਜੀ ਤੇ 2 ਤਰੀਕ ਨੂੰ ਲਾਸਟ ਹੈ 1 ਤਰੀਕ ਨੂੰ ਸਾਡੀ ਸਟਾਰਟ ਹੈ ਜੋ 3 ਹਾਂਜੀ ਹਾਂ ਉਹਦੀ 3000 ਰੁਪਏ ਸਾਡੀ ਫੀਸ ਰੱਖੀ ਹੈ ਜੀ ਬਾਈ ਜੀ ਕਈ ਵੀਰ ਕਮੈਂਟ ਕਰਦੇ ਨੇ ਵੀਡੀਓ ਦੇ ਨੀਚੇ ਕਿ 3000 ਫੀਸ ਹੈ ਜਿਹੜੀ ਉਹ ਬਹੁਤ ਜ਼ਿਆਦਾ ਕਿ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲੇ ਜਿਹੜੇ ਵੀਰ ਨੇ ਉਹ ਟ੍ਰੇਨਿੰਗ ਤੋਂ ਕਤਰੌਂਦੇ ਨੇ ਕਿ ਉਹ ਕੰਮ ਨੂੰ ਸ਼ੁਰੂ ਨਹੀਂ ਕਰ ਸਕਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੁਸ਼ੀਸ਼ ਵਿਸ਼ੇ ਤੇ ਦੇਖੋ ਵੀਰ ਜੀ ਬਿਲਕੁਲ ਜੋ ਗਰੀਬ ਪਰਿਵਾਰ ਹੈ ਉਹਨਾਂ ਨੂੰ ਬੜਾ ਇੱਕ ਵਾਰ ਦੇਖਣ ਵਾਲੇ ਨੂੰ ਲੱਗਦਾ ਵੀ 3000 ਰੁਪਇਆ ਉਹਦੇ ਵਿੱਚ ਦੋ ਦਿਨ ਦਾ ਜੋ ਰਹਿਣਾ ਖਾਣਾ ਪੀਣਾ ਸਾਰੇ ਪ੍ਰਬੰਧਨ ਹੈ ਉਹ ਸਾਡੇ ਅਸੀਂ ਕੋਈ ਟ੍ਰੇਨਿੰਗ ਤੋਂ ਕੋਈ ਕਮਾਈ ਮਕਸਦ ਨਹੀਂ ਲੈ ਕੇ ਚੱਲੇ ਉਹਦਾ ਮਕਸਦ ਕੀ ਹੈਗਾ ਵੀ ਅੱਜ ਕੋਈ ਨਵਾਂ ਮੁੰਡਾ ਜੋ ਲੜਕਾ ਫਾਰਮ ਕਰਦਾ ਤਾਂ ਜੇ ਇੱਕ ਮੇਮਣਾ ਵੀ ਉਹਦਾ ਬਿਮਾਰ ਹੋ ਕੇ ਲਾਸਟੇ ਜਾਂਦਾ ਉਹ ਤਾਂ ਉਹ ਸਾਰੇ ਖਰਚੇ ਬਾਈ ਜੀ ਉਹਦੇ ਵਿੱਚ ਹੀ ਨਿਕਲ ਜਾਂਦੇ ਨੇ ਇਸ ਕਰਕੇ ਵੀ ਦੇਖੋ ਕਿਸੇ ਨੂੰ ਕੋਈ ਪ੍ਰੈਸ਼ਰ ਨਹੀਂ ਟ੍ਰੇਨਿੰਗ ਆਪਦੇ ਵਾਸਤੇ ਲੈਣੀ ਆ ਆਪਾਂ ਤੇ ਜੇ ਉਹਨੂੰ ਲੱਗ ਰਿਹਾ ਵੀ ਮੈਂ ਇਹ ਫੀਸ ਦੇ ਕੇ ਆਪਦਾ ਫਾਰਮ ਚਲਾ ਲੂੰਗਾ ਤਾਂ ਉਹਦੇ ਲਈ ਕੋਈ ਜ਼ਿਆਦਾ ਨਹੀਂ ਜੀ ਜਿਨੇ ਕੁਝ ਕਰਨਾ ਹੀ ਨਹੀਂ ਉਹਦੇ ਲਈ ਜ਼ਿਆਦਾ ਹੈ ਹਾਂਜੀ ਹਾਂ ਟ੍ਰੇਨਿੰਗ ਕਰਨ ਤੋਂ ਭਾਵੇਂ ਕਿ ਫੁੱਲ ਜ਼ਰੂਰੀ ਹੈ ਫੁੱਲ ਜ਼ਰੂਰੀ ਆ ਬਾਈ ਜੀ ਟ੍ਰੇਨਿੰਗ ਕਿਉਂਕਿ ਟ੍ਰੇਨਿੰਗ ਤੋਂ ਬਿਨਾ ਫੇਲ ਹੁੰਦੇ ਨੇ ਜੀ ਜਿੰਨੇ ਮੁੰਡਿਆਂ ਨੇ ਟ੍ਰੇਨਿੰਗ ਲੈ ਕੇ ਕੀਤੇ ਆ ਦੇਖੋ ਜੇ ਮਿਹਨਤ ਛੱਡਦੇ ਆ ਤਾਂ ਵੱਖਰੀ ਗੱਲ ਹੈ ਪਰ ਫੇਲ ਨਹੀਂ ਕੋਈ ਹੁੰਦਾ ਹਾਂਜੀ ਹਾਂ ਕਿਉਂਕਿ ਲੰਮਾ ਸਮਾਂ ਟਿਕਣ ਵਾਸਤੇ ਪਹਿਲਾਂ ਕੰਮ ਨੂੰ ਸਿੱਖ ਕੇ ਕਰਨਾ ਜ਼ਰੂਰੀ ਆ ਹਾਂਜੀ ਹੁਣ ਆਪਾਂ ਗੱਲਬਾਤ ਕਰਦੇ ਆ ਟ੍ਰੇਨਿੰਗ ਤੇ ਪ੍ਰਬੰਧ ਕਿਸ ਤਰ੍ਹਾਂ ਦੇ ਹੋਣਗੇ ਉਹਦੇ ਬਾਬਤ ਆਪਾਂ ਜਾਣਦੇ ਆ ਬਿਕਰਮਜੀਤ ਸਿੰਘ ਜੀ ਰਾਓ ਸਾਹਿਬ ਦੇ ਨਾਲ ਗੱਲਬਾਤ ਕਰਦੇ ਆ ਤੁਸੀਂ ਕਹਿਣਾ ਚਾਹੁੰਦੇ ਹੋ ਬਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਗਲਤੀ ਲੈਣਾ YouTube ਚੈਨਲ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਔਰ ਦੇਖਣ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ ਜੀ ਸੋ ਗੱਲ ਤਾਂ ਉਹੀ ਹੈ ਜਿਵੇਂ ਬਾਈ ਜਗਦੀਪ ਸਿੰਘ ਨੇ ਕਿਹਾ ਵੀ ਜਿਹੜਾ ਸਿੱਖ ਕੇ ਕੰਮ ਕਰਾਂਗੇ ਆਪਾਂ ਤਾਂ ਕੋਈ ਵੀ ਇਹ ਜਹਾ ਹਾਲਾਤ ਨਹੀਂ ਬਣਦੇ ਵੀ ਆਪਾਂ ਫੇਲ ਹੋ ਜਾਈਏ ਕੰਮ ਨੂੰ ਸਿੱਖਣਾ ਬਹੁਤ ਜ਼ਰੂਰੀ ਹੈ 3000 ਤੁਸੀਂ ਰੋਜ਼ ਨਹੀਂ ਲਾਉਣਾ ਇੱਕ ਵਾਰ ਲਾਉਣਾ ਕੋਈ ਬਹੁਤ ਸਾਰੇ ਵੀਰ ਜਿਵੇਂ ਤੁਸੀਂ ਪੁੱਛਿਆ ਵੀ ਮਹਿੰਗਾ ਮੰਨਦੇ ਨੇ ਤਾਂ 3000 ਰੋਜ਼-ਰੋਜ਼ ਨਹੀਂ ਲੱਗਣਾ ਇੱਕ ਵਾਰ ਲਾਇਆ ਹੈ 3000 ਤੁਹਾਨੂੰ ਸਾਰੀ ਉਮਰ ਕੰਮ ਦੇਉ ਇਵੇਂ ਕਿ ਪੀੜੀ ਦਾਰ ਪੀੜੀ ਦੀ ਉਹ ਕਿਉਂਕਿ ਜਦੋਂ ਤੁਸੀਂ ਸਿੱਖ ਲੇ ਤਾਂ ਤੁਹਾਡੇ ਬੱਚੇ ਤੁਹਾਨੂੰ ਦੇਖ ਕੇ ਆਟੋਮੈਟਿਕਲੀ ਸਿੱਖ ਜਾਣਗੇ ਸੋ ਕੋਈ ਵੀ ਕੰਮ ਕਰਨ ਦੇ ਵਾਸਤੇ ਸਿੱਖਣਾ ਬੜਾ ਜ਼ਰੂਰੀ ਹੈ ਆਪਾਂ ਤਾਂ ਇਹੀ ਸਲੋਗਨ ਲੈ ਕੇ ਚੱਲੇ ਆ ਤੁਸੀਂ ਆਪਾਂ ਇਕੱਠੀਆਂ ਸਾਰੇ ਪੇਲੇ ਦਨਸਾਲ ਤੋਂ ਕਿ ਬੱਕਰੀ ਪਾਲਣਾ ਬਣਾਓ ਜੀਵਨ ਨੂੰ ਖੁਸ਼ਹਾਲ ਬਣਾਓ ਜਿਹੜਾ ਆਪਣਾ ਟ੍ਰੇਨਿੰਗ ਦਾ ਮੋਟਿਵ ਹੈ ਇੱਕੋ ਹੀ ਮੋਟਿਵ ਹੈ ਕਿ ਅਸੀਂ ਆਜੜੀ ਨਹੀਂ ਅਸੀਂ ਆਜੜੀਆਂ ਨੂੰ ਫਾਰਮਰ ਬਣਾਉਣਾ ਔਰ ਆਜੜੀ ਦੇ ਵਿੱਚ ਆਜੜੀ ਔਰ ਫਾਰਮਰ ਦੇ ਵਿੱਚ ਕਿੰਨਾ ਡਿਫਰੈਂਸ ਹੈ ਇਹ ਜੋ ਤੁਸੀਂ ਸਾਡੇ ਕੋਲ ਟ੍ਰੇਨਿੰਗ ਤੇ ਆਓਗੇ ਸਾਨੂੰ ਉਹ ਤੋਂ ਪਤਾ ਲੱਗੂਗਾ ਸੋ ਵਿਕਰਮਜੀਤ ਸਿੰਘ ਭਾਈ ਜੀ ਇਹ ਦੱਸੋ ਕਿ ਜਿਹੜੇ ਵੀ ਟ੍ਰੇਨਿੰਗ ਲੈਣਾ ਚਾਹੁੰਦੇ ਨੇਗੇ ਉਹ ਕੀ ਪ੍ਰੂਫ ਲੈ ਕੇ ਆਉਣ ਜਾਂ ਆਪਾਂ ਨੂੰ ਕੀ ਆਪਣੇ ਪ੍ਰੂਫ ਨੇ ਉਹ ਭੇਜਣ ਬੜਾ ਸਿੰਪਲ ਜਿਹਾ ਫੰਡਾ ਜੀ ਨੰਬਰ ਸਾਡੇ ਸਕਰੀਨ ਤੇ ਆਉਣਗੇ ਜੀ ਤੇ ਤੁਸੀਂ ਮੈਨੂੰ ਚਾਹੇ ਬਾਈ ਜਗਦੀਪ ਸਿੰਘ ਨੂੰ ਵਟਸਐਪ ਦੇ ਉੱਪਰ ਆਪਣਾ ਆਧਾਰ ਕਾਰਡ ਸੈਂਡ ਕਰ ਦਿਓ ਜੀ ਆਪਣਾ ਉਹ ਤੁਹਾਡਾ ਨਾਮ ਐਡਰੈਸ ਆਈ ਜਾਣਾ ਉਹਦੇ ਨਾਲ ਤੁਹਾਡੀ ਸੀਟ ਬੁੱਕ ਹੋ ਜਾਊਗੀ ਔਰ ਇੱਕ ਮੈਂ ਬੇਨਤੀ ਜ਼ਰੂਰ ਕਰੂੰਗਾ ਕਿ ਬਹੁਤ ਸਾਰੇ ਪ੍ਰਬੰਧ ਕਰਨੇ ਹੁੰਦੇ ਨੇ ਤੇ ਵੀਰੋ ਹੀ ਆਧਾਰ ਕਾਰਡ ਭੇਜਣ ਜਿਹੜੇ ਇੰਟਰਸਟਡ ਨੇ ਐਮੀ ਟਾਈਮ ਪਾਸ ਵਾਲੇ ਸਵਾਦ ਨਾ ਲੈਣ ਫਿਰ ਕਈ ਵਾਰ ਕੀ ਹੁੰਦਾ ਨਾ 3000 ਤਾਂ ਬਹੁਤਿਆਂ ਨੂੰ ਦੁਖਦਾ ਪਰ ਜਦੋਂ ਆਪਾਂ ਪ੍ਰਬੰਧ ਵੱਡੇ ਕਰ ਲੈਂਦੇ ਆ ਸੀਟ ਬੁੱਕ ਕਰਾ ਕੇ ਬੰਦੇ ਵਿੱਚ ਸਕਿੱਪ ਕਰ ਜਾਂਦੇ ਨੇ ਉਹ ਸਾਡਾ ਪ੍ਰਬੰਧਾ ਤੇ ਤਾਂ ਚਲੋ ਜਿਹੜਾ ਨੁਕਸਾਨ ਹੁੰਦਾ ਹੁੰਦਾ ਹੀ ਐ ਤੇ ਜਿਹੜੇ ਦੂਜਿਆਂ ਨੂੰ ਅਸੀਂ ਕੁਝ ਬੰਦੇ ਨੂੰ ਜਵਾਬ ਦੇ ਦਿੰਨੇ ਆ ਉਹਨਾਂ ਦਾ ਚਾਂਸ ਵੀ ਮਿਸ ਕਰਦੇ ਨੇ ਸੋ ਸਾਰੇ ਵੀਰਾਂ ਨੂੰ ਬੇਨਤੀ ਐ ਤੇ ਆਪਣਾ WhatsApp ਦੇ ਉੱਪਰ ਸਾਡੇ ਤੁਸੀਂ ਆਧਾਰ ਕਾਰਡ ਸੈਂਡ ਕਰ ਦਿਓ ਤੁਸੀਂ ਕਰੋਗੇ 9 ਵਜੇ ਤੋਂ ਸਾਡੇ ਕੋਲ ਪਹੁੰਚ ਜਾਓ ਬਾਕੀ ਖਾਣ ਪੀਣ ਦਾ ਰਹਿਣ ਦਾ ਸਾਰਾ ਪੂਕਤਾ ਪ੍ਰਬੰਧ ਜਿੰਨੀ ਸਾਡੀ ਕੈਪੇਬਿਲਿਟੀ ਐ ਵਧੀਆ ਤੋਂ ਵਧੀਆ ਕਰਨ ਦੀ ਕੋਸ਼ ਸੋ ਸਾਰੇ ਹੀ ਅਸੀਂ ਕਮੇਟੀ ਦਾ ਬਾਈ ਜੀ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਕਿਉਂਕਿ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਜੀ ਸਾਰੇ ਕਾਹ ਦੇ ਵਿੱਚ ਸੋ ਮੈਂ ਸਪੈਸ਼ਲ ਤੌਰ ਤੇ ਤੁਹਾਡਾ ਫਿਰ ਬਹੁਤ ਧੰਨਵਾਦ ਕਰਦਾ ਹਾਂ ਜੀ ਸੋ ਕਿਸਾਨ ਭਰਾਵੋ ਤਿਆਰ ਹੋ ਜਾਵੋ ਜਿਹੜੇ ਵੀ ਟ੍ਰੇਨਿੰਗ ਲੈਣਾ ਚਾਹੁੰਦੇ ਨੇ ਹੁਣ ਮੌਕਾ ਟ੍ਰੇਨਿੰਗ ਜਲਦੀ ਲਓ ਆਪਣਾ ਕੰਮ ਸ਼ੁਰੂ ਕਰੋ ਅਤੇ ਇਸ ਕੰਮ ਨੂੰ ਬਲੰਦੀਆਂ ਤੱਕ ਲੈ ਕੇ ਜਾਓ ਮਿਲਦੇ ਆ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਧੰਨਵਾਦ